ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਰਿਚ ਕੈਲੀਫੋਰਨੀਆ ਐਂਡ ਪੰਜਾਬ ਇੰਟਰਨੈਸ਼ਨਲ ਔਰਗਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਵਜੋਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਲਈ ਲਾਈਵ ਹੋਇਆ, ਕਿਉਂਕਿ ਇਹ ਗੱਲਾਂ ਆਪ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਆ। ਕਾਫੀ ਦਿਨ ਹੋ ਗਏ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਆ ਰਹੀਆਂ ਆ, ਵੀਰ ਭਰਾ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਆ। ਸੋ ਉਹਨਾਂ ਨੂੰ ਦੇਖਦੇ ਹੋਇਆ ਮੈਂ ਆਪ ਜੀ ਨਾਲ ਅੱਜ ਲਾਈਵ ਹੋਇਆ ਸੀਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਅਵੇਅਰਨੈਸ ਦੇਣੀ ਬਹੁਤ ਜ਼ਰੂਰੀ ਆ। ਹਰੇਕ ਬੰਦੇ ਨੂੰ ਇਸ ਬਿਮਾਰੀ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਜਿਹੜਾ ਵਾਇਰਸ ਚਾਈਨਾ ਤੋਂ ਚੱਲਿਆ ਪੂਰੇ ਵਰਲਡ ਵਿੱਚ ਫੈਲ ਗਿਆ ਆ। ਇਸ ਵਾਇਰਸ ਲਈ ਸਾਨੂੰ ਜਾਗਰੂਕ ਕਰਨਾ ਇੱਕ ਦੂਜੇ ਨੂੰ ਬਹੁਤ ਜ਼ਰੂਰੀ ਆ ਕਿ ਵਾਇਰਸ ਕਿੱਦਾਂ ਇੱਕ ਦੂਜੇ ਦੇ ਹਾਨੀ ਪਹੁੰਚਾਉਂਦਾ ਆ, ਕਿੱਦਾਂ ਇੱਕ ਦੂਜੇ 'ਤੇ ਅਟੈਕ ਕਰਦਾ ਆ। ਪਹਿਲਾਂ ਤਾਂ ਮੈਂ ਕਹੂੰਗਾ ਵੀਰੋ, ਇਹ ਜਿਹੜਾ ਵਾਇਰਸ ਆ ਇਹ ਛੂਤ ਦੀ ਬਿਮਾਰੀ ਆ, ਅੰਗੂਆਂ ਜੇ ਟੱਚ ਕਰਨ ਨਾਲ ਹੁੰਦਾ ਆ, ਬਿਨਾਂ ਟੱਚ ਕੀਤੇ ਇੱਕ ਦੂਜੇ ਦੇ ਨੂੰ ਹਾਵੀ ਨਹੀਂ ਕਰਦਾ। ਅਗਰ ਅਸੀਂ ਇੱਕ ਦੂਜੇ ਨੂੰ ਟੱਚ ਨਹੀਂ ਕਰਾਂਗੇ ਤਾਂ ਇਹ ਬਿਮਾਰੀ ਸਾਡੇ 'ਤੇ ਤੱਕ ਨਹੀਂ ਪਹੁੰਚੂਗੀ। ਸੋ ਇਹਨੂੰ ਦੇਖਦੇ ਮੈਂ ਤਾਂ ਹੀ ਆਪ ਜੀ ਨਾਲ ਲਾਈਵ ਹੋਇਆ ਸੀ, ਕਿਉਂਕਿ ਕਾਫੀ ਵੀਰ ਭਰਾ ਮੈਂ ਦੇਖ ਰਿਹਾ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਆ। ਉਹਨਾਂ ਵੀਰਾਂ ਨੂੰ ਮੈਂ ਇਹੀ ਬੇਨਤੀ ਕਰਦਾ, ਵੀਰੋ ਬਹੁਤ ਵਧੀਆ ਗੱਲ ਆ, ਤੁਸੀਂ ਪਿੰਡਾਂ ਨੂੰ ਸੈਨੇਟਾਈਜ਼ ਕਰ ਰਹੇ ਹੋ, ਬਟ ਮੈਨੂੰ ਹਜੇ ਤੱਕ ਕੋਈ ਵੀਡੀਓ ਇਹ ਨਹੀਂ ਮਿਲੀ ਵੀ ਕੋਈ ਵੀ ਵੀਰ ਭਰਾ, ਕਿਉਂਕਿ ਸਾਰੇ ਜਾਣੇ ਹੀ ਰੋਡਾਂ ਨੂੰ ਦੀਵਾਰਾਂ ਨੂੰ ਸੈਨੇਟਾਈਜ਼ ਕਰ ਰਹੇ ਆ, ਜਿੰਨੀਆਂ ਵੀ ਮੈਂ ਵੀਡੀਓਜ਼ ਵੇਖ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਦੀਵਾਰਾਂ ਨੂੰ ਜਾਂ ਸਾਨੂੰ ਰੋਡਾਂ ਨੂੰ ਸੈਨੇਟਾਈਜ਼ ਕਰਨ ਦੀ ਜਗ੍ਹਾ ਸਾਨੂੰ ਘਰਾਂ ਦੇ ਅੰਦਰ ਵੜ ਕੇ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਡੇਲੀ ਯੂਜ਼ ਕਰਦੇ ਹਾਂ ਜਾਂ ਟੱਚ ਕਰਦੇ ਹਾਂ, ਉਹਨਾਂ ਨੂੰ ਅਗਰ ਉਹਨਾਂ 'ਤੇ ਸਪਰੇਅ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਆ, ਕਿਉਂਕਿ ਇਹ ਚੀਜ਼ਾਂ ਅਗਰ ਉਹਨਾਂ ਚੀਜ਼ਾਂ ਨੂੰ ਅਸੀਂ ਸੈਨੇਟਾਈਜ਼ ਕਰਾਂਗੇ ਸਾਨੂੰ ਉਹ ਵਧੀਆ, ਕਿਉਂਕਿ ਜਿਵੇਂ ਅਸੀਂ ਡੋਰ ਓਪਨ ਕਰਦੇ ਹਾਂ ਰੋਜ਼, ਉਹ ਹੈਂਡਲ ਨੂੰ ਅਗਰ ਕੁੰਡੇ ਨੂੰ ਅਸੀਂ ਸੈਨੇਟਾਈਜ਼ ਕਰਾਂਗੇ ਜਿਸਦੇ ਡੋਰ ਅਸੀਂ ਟੱਚ ਕਰਦੇ ਹਾਂ ਤਾਂ ਬੈਟਰ ਆ। ਫਿਰ ਦੂਜਾ, ਅਗਰ ਚਾਬੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਲੋਕ ਲਾਉਂਦੇ ਆ ਡੇਲੀ, ਚਾਬੀਆਂ ਨੂੰ ਸੈਨੇਟਾਈਜ਼ ਕਰੋ, ਉਹਨਾਂ 'ਤੇ ਸਪਰੇਅ ਕਰੋ। ਫਿਰ ਤੁਸੀਂ ਅਗਰ ਬਾਈਕ ਚਲਾਉਂਦੇ ਆ, ਬਾਈਕ ਦੇ ਜਿਹੜੇ ਹੈਂਡਲ ਹੁੰਦੇ ਉਹਨਾਂ 'ਤੇ ਸਪਰੇਅ ਕਰੋ। ਫਿਰ ਤੁਸੀਂ ਤੀਜਾ, ਅਗਰ ਕਾਰ ਯੂਜ਼ ਕਰਦੇ ਆ, ਕਾਰ ਨੂੰ ਜਦੋਂ ਤੁਸੀਂ ਓਪਨ ਕਰਦੇ ਆ, ਉਹ ਡੋਰ ਨੂੰ, ਫਿਰ ਸਟੇਅਰਿੰਗ ਨੂੰ, ਉਹਨਾਂ ਚੀਜ਼ਾਂ ਨੂੰ ਸੈਨੇਟਾਈਜ਼ ਕਰੋ। ਫਿਰ ਆਪਣੇ ਮੋਬਾਈਲਾਂ ਨੂੰ ਸੈਨੇਟਾਈਜ਼ ਕਰੋ, ਉਹਨਾਂ 'ਤੇ ਮਾੜੀ ਸਪਰੇਅ ਕਰਕੇ ਉਹਨਾਂ ਨੂੰ ਸਾਫ਼ ਕਰੋ। ਫਿਰ ਮੋਡ ਟੀਵੀ ਟੈਲੀਵਿਜ਼ਨ ਅਸੀਂ ਯੂਜ਼ ਕਰਦੇ, ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਸੈਨੇਟਾਈਜ਼ ਕਰੀਏ ਸਾਡੇ ਲਈ ਬੈਟਰ ਆ, ਕਿਉਂਕਿ ਇਹ ਜਿਹੜੀ ਬਿਮਾਰੀ ਆ ਇਹ ਬਾਹਰੋਂ ਰੋਡ ਤੋਂ ਨਹੀਂ, ਸਾਨੂੰ ਇਹ ਹਵਾ ਦੇ ਵਿੱਚ ਨਹੀਂ ਆ ਰਹੀ, ਕਿਉਂਕਿ ਅਗਰ ਅਸੀਂ ਬਾਹਰ ਇੰਨੀ ਵੇਸਟੇਜ ਕਰ ਰਹੇ ਹਾਂ, ਇਹ ਵੇਸਟੇਜ ਕਰਨ ਨਾਲੋਂ ਮੈਨੂੰ ਲੱਗਦਾ ਆ ਕਿ ਅਗਰ ਉਹੀ ਅਸੀਂ ਇੱਕ ਇੱਕ ਬੋਟਲ ਸਾਰੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਘਰ ਨੂੰ ਦਈਏ ਤਾਂ ਸਾਰੇ ਵੀਰ ਭਰਾ ਡੇਲੀ ਸਵੇਰੇ ਉੱਠ ਕੇ ਰੂਟੀਨ ਰੱਖਣ ਕਿ ਜਿਹੜੀਆਂ ਚੀਜ਼ਾਂ ਨੂੰ ਟੱਚ ਕਰਦੇ ਆ ਉਹਨਾਂ ਚੀਜ਼ਾਂ 'ਤੇ ਉਹ ਡੇਲੀ ਸਪਰੇਅ ਕਰਨ, ਜਿਵੇਂ ਜਿਹੜੇ ਕੁੰਡਿਆਂ ਨੂੰ ਯੂਜ਼ ਕਰਦੇ ਆ, ਜਿਹੜੀਆਂ ਚਾਬੀਆਂ ਨੂੰ ਯੂਜ਼ ਕਰਦੇ ਆ, ਮੋਬਾਈਲ ਹੋ ਗਿਆ, ਰਿਮੋਟ ਹੋ ਗਏ, ਸੋ ਡੇਲੀ ਯੂਜ਼ ਵਾਲੀਆਂ ਜਿਹੜੀਆਂ ਚੀਜ਼ਾਂ ਆ ਅਗਰ ਉਹਨਾਂ ਨੂੰ ਸੈਨੇਟਾਈਜ਼ ਕੀਤਾ ਜਾਵੇ, ਉਹਨਾਂ 'ਤੇ ਸਪਰੇਅ ਕੀਤੀ ਜਾਵੇ ਤਾਂ ਵੈਲ ਐਂਡ ਗੁੱਡ ਆ। ਸੋ ਵੀਰੋ, ਮੈਂ ਇਹੀ ਆਪ ਜੀ ਨਾਲ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਾਡੇ ਅੰਦਰ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਆ। ਅਸੀਂ ਇਹਨਾਂ ਚੀਜ਼ਾਂ ਨੂੰ ਅਜੇ ਬੜਾ ਸੰਸੀਅਰ ਨਹੀਂ ਲੈ ਰਹੇ, ਕਿਉਂਕਿ ਕਾਫੀ ਵੀਡੀਓਜ਼ ਮੈਂ ਦੇਖ ਰਿਹਾ ਅਸੀਂ ਬਹੁਤ ਜ਼ਿਆਦਾ ਸੈਨੇਟਾਈਜ਼ ਇੱਦਾਂ ਹੀ ਵੇਸਟ ਕਰ ਰਹੇ ਹਾਂ। ਅਗਰ ਅਸੀਂ ਉਹ ਚੀਜ਼ ਨੂੰ ਥੋੜ੍ਹਾ ਦੇਖੀਏ ਤਾਂ ਮੈਨੂੰ ਲੱਗਦਾ ਬੈਟਰ ਹੋਊਗਾ। ਸੋ ਦੂਜਾ, ਮੈਂ ਵੀਰਾਂ ਭਰਾਵਾਂ ਨਾਲ ਇਹੀ ਬੇਨਤੀ ਕਰਦਾ ਹਾਂ ਕਿ ਜਿਹੜੇ ਵੀਰ ਭਰਾ ਬਾਹਰ ਜਾਂਦੇ ਆ, ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਅਗਰ ਤੁਹਾਡਾ ਘਰੇ ਰਹਿ ਕੇ ਸਰਦਾ ਹੈ ਤਾਂ ਵਧੀਆ ਗੱਲ ਆ, ਅਗਰ ਕੋਈ ਵੀਰ ਭਰਾ ਨੂੰ ਜ਼ਰੂਰੀ ਆ, ਉਹਨੂੰ ਲੱਗਦਾ ਆ ਜਾਣਾ ਆ, ਤਾਂ ਮੈਂ ਉਹਨੂੰ ਇਹੀ ਬੇਨਤੀ ਕਰੂੰਗਾ ਵੀਰੇ ਵੀ ਤੁਸੀਂ ਜਦੋਂ ਵੀ ਬਾਹਰ ਜਾ ਕੇ ਘਰੇ ਆਉਂਦੇ ਆ, ਜਿਹੜੇ ਵੀ ਤੁਸੀਂ ਕੱਪੜੇ ਪਾਏ ਆ ਉਹਨਾਂ ਨੂੰ ਆਉਂਦਿਆਂ ਹੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਸ਼ ਕਰੋ, ਕਿਉਂਕਿ ਅਗਰ ਇਹ ਤੁਸੀਂ ਬਾਹਰ ਜਾ ਕੇ ਅਗਰ ਕਿਸੇ ਵੀ ਚੀਜ਼ ਨੂੰ ਟੱਚ ਕਰਦੇ ਹਾਂ, ਕਿਉਂਕਿ ਆਪਾਂ ਨੂੰ ਵੀਰਾਂ ਭਰਾਵਾਂ ਨੂੰ ਪਤਾ ਅਗਰ ਕੋਈ ਵੀ ਪਰਨਾ ਜਾਂ ਪੱਗ ਬੰਨਦਾ ਹੈ ਤਾਂ ਬਾਰ ਬਾਰ ਆਪਾਂ ਉਹ ਚੀਜ਼ ਨੂੰ ਹੱਥ ਲਾ ਕੇ ਸੈੱਟ ਕਰਦੇ ਹਾਂ। ਅਗਰ ਤੁਸੀਂ ਬਾਹਰ ਕਿਸੇ ਗੰਦੀ ਚੀਜ਼ ਨੂੰ ਜਾਂ ਕਿਤੇ ਚੀਜ਼ ਨੂੰ ਟੱਚ ਕੀਤਾ ਆ, ਅਗਰ ਉਹ ਜਿਮਸ ਤੁਹਾਡੇ ਹੱਥ ਨੂੰ ਲੱਗ ਕੇ ਤੁਸੀਂ ਪੱਗ ਨੂੰ ਸੈੱਟ ਕੀਤਾ, ਪੱਗ ਨੂੰ ਲੱਗ ਗਏ, ਤੁਸੀਂ ਘਰੇ ਆਣ ਕੇ ਅਗਰ ਤੁਸੀਂ ਹੱਥ ਧੋ ਵੀ ਲਏ, ਉਹਦੇ ਬਾਅਦ ਤੁਸੀਂ ਧੋਣ ਤੋਂ ਫਿਰ ਕਰੀ ਟੱਚ ਕਰ ਲਿਆ ਪਰਨੇ ਨੂੰ, ਫਿਰ ਤੁਹਾਡੇ ਹੱਥ ਗੰਦੇ ਹੋ ਜਾਣੇ ਆ। ਸੋ ਇਹ ਤੋਂ ਚੰਗਾ ਹੈ ਕਿ ਅਗਰ ਤੁਸੀਂ ਆਣ ਕੇ ਕੱਪੜਿਆਂ ਨੂੰ ਵਾਸ਼ ਕਰੋ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਸਫਾਈ ਹੈ ਜਿਹੜੇ ਅਸੀਂ ਆਪਣੇ ਆਪ ਨੂੰ ਇਮੂਲੇਟ ਕਰਨਾ ਆ ਇਸ ਬਿਮਾਰੀ ਤੋਂ ਬਚਣ ਲਈ। ਜਿੰਨਾ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਾਂਗੇ, ਆਪਣੇ ਹੱਥ ਵਾਸ਼ ਕਰਾਂਗੇ, ਆਪਣੇ ਕਮਰੇ ਨੂੰ, ਰੂਮ ਨੂੰ, ਇਹਨਾਂ ਚੀਜ਼ਾਂ ਨੂੰ ਸਾਫ਼ ਰੱਖਾਂਗੇ, ਉਨਾ ਹੀ ਸਾਡੇ ਲਈ ਵਧੀਆ ਆ। ਸੋ ਵੀਰੋ, ਮੈਂ ਇਹੀ ਬੇਨਤੀ ਕਰਦਾ ਹਾਂ ਕਿ
ਜਿੰਨੀ ਅਗਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ, ਅਤੇ ਪਿੰਡਾਂ ਦੇ ਵਿੱਚ ਹਰ ਪਰਿਵਾਰ ਆਪਣੇ ਘਰ ਇੱਕ ਸੈਨੇਟਾਈਜ਼ ਦੀ ਬੋਤਲ ਰੱਖੇ, ਤਾਂ ਆਪਣੀ ਜਿਹੜੀਆਂ ਡੇਲੀ ਯੂਜ਼ ਕਰਨ ਵਾਲੀਆਂ ਚੀਜ਼ਾਂ ਆ ਉਹਨਾਂ 'ਤੇ ਸਪਰੇਅ ਕਰੋ, ਤਾਂ ਹੀ ਸਾਡਾ ਬਚਾਅ ਆ। ਥੈਂਕ ਯੂ ਜੀ।